ਅੱਜ ਅਸੀਂ ਵਾਕਾਂ ਦੀਆਂ ਕਿਸਮਾਂ 'ਤੇ ਗੱਲ ਕਰਾਂਗੇ। ਇਸ ਵਿਸ਼ੇ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BA ਸਮੈਸਟਰ 6ਵੇਂ ਦੀ ਲਾਜ਼ਮੀ ਪੰਜਾਬੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵਾਕ ਕੀ ਹੁੰਦਾ ਹੈ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ। ਸ਼ਬਦਾਂ ਦੇ ਸਮੂਹ ਤੋਂ ਵਾਕੰਸ਼ ਬਣਦੇ ਹਨ। ਵਾਕੰਸ਼ਾਂ ਦੇ ਸਮੂਹ ਤੋਂ ਵਾਕ ਦੀ ਰਚਨਾ ਹੁੰਦੀ ਹੈ। ਇਸ ਤਰ੍ਹਾਂ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ। ਵਾਕ ਵਿੱਚ ਵਾਕ ਤੋਂ ਛੋਟੀ ਇਕਾਈ ਉਪਵਾਕ ਕਹਾਉਂਦੀ ਹੈ। ਉਪਵਾਕਾਂ ਦਾ ਵਰਤਾਰਾ ਵਾਕ ਦੀ ਰਚਨਾ ਵਿੱਚ ਇੱਕ ਵਿਸ਼ੇਸ਼ ਹਿੱਸਾ ਪਾਉਂਦਾ ਹੈ ਅਤੇ ਇਸ ਤਰ੍ਹਾਂ ਇੱਕ ਵਾਕ ਦੂਸਰੇ ਵਾਕ ਨਾਲੋਂ ਵੱਖਰੀ ਕਿਸਮ ਦਾ ਹੋ ਜਾਂਦਾ ਹੈ। ਇਸੇ ਕਰਕੇ ਬਣਤਰ ਦੇ ਪੱਖ ਤੋਂ ਵਾਕ ਦੀਆਂ ਕਿਸਮਾਂ ਦੀ ਵੰਡ ਉਸ ਵਿੱਚ ਉਪਵਾਕਾਂ ਦੇ ਵਰਤਾਰੇ ਦੇ ਅਨੁਸਾਰ ਕੀਤੀ ਜਾਂਦੀ ਹੈ। ਇਸ ਪੱਖ ਤੋਂ ਵਾਕਾਂ ਦੀਆਂ 3 ਕਿਸਮਾਂ ਮੰਨੀਆਂ ਗਈਆਂ ਹਨ। ਸਭ ਤੋਂ ਪਹਿਲੀ ਹੈ ਸਧਾਰਨ ਵਾਕ, ਦੂਸਰੀ ਸੰਯੁਕਤ ਵਾਕ, ਤੀਸਰੀ ਮਿਸ਼ਰਤ ਵਾਕ। ਸਭ ਤੋਂ ਪਹਿਲੀ ਕਿਸਮ ਹੈ ਸਧਾਰਨ ਵਾਕ। ਪੂਰਨ ਰੂਪ ਵਾਲੀ ਇੱਕੋ ਕਿਰਿਆ ਵਾਲੇ ਵਾਕ ਨੂੰ ਸਧਾਰਨ ਵਾਕ ਕਹਿੰਦੇ ਹਨ। ਬਣਤਰ ਦੇ ਪੱਖ ਤੋਂ ਸਧਾਰਨ ਵਾਕ ਵਿੱਚ ਕੇਵਲ ਇੱਕ ਹੀ ਉਪਵਾਕ ਹੁੰਦਾ ਹੈ। ਇਸ ਵਿੱਚ ਇੱਕੋ ਕਿਰਿਆ ਵਾਕੰਸ਼ ਹੁੰਦਾ ਹੈ ਅਤੇ ਕਿਰਿਆ ਪੂਰਨ ਰੂਪ ਵਾਲੀ ਹੁੰਦੀ ਹੈ। ਇਸ ਵਿੱਚ ਕਿਰਿਆ ਵਾਕੰਸ਼ ਨਾਲ ਹੋਰ ਵਾਕੰਸ਼, ਨਾਂਵ ਵਾਕੰਸ਼, ਕਿਰਿਆ ਵਾਕੰਸ਼ ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ਜੁੜ ਕੇ ਮੁੱਖ ਉਪਵਾਕ ਦੀ ਰਚਨਾ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਜਿਵੇਂ ਮੈਂ ਰੋਟੀ ਖਾਂਦਾ ਹਾਂ, ਮੈਂ ਜਲੰਧਰ ਸ਼ਹਿਰ ਵਿੱਚ ਰਹਿੰਦਾ ਹਾਂ, ਉਹ ਗੀਤ ਗਾਉਂਦੀ ਰਹੀ। ਦੂਸਰੀ ਕਿਸਮ ਹੈ ਸੰਯੁਕਤ ਵਾਕ, ਜਿਸ ਵਾਕ ਵਿੱਚ ਇੱਕ ਤੋਂ ਜ਼ਿਆਦਾ ਕਿਰਿਆ ਵਾਕੰਸ਼ਾਂ ਦੀ ਵਰਤੋਂ ਹੋਈ ਹੋਵੇ ਉਸ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਕਿਰਿਆ ਵਾਕੰਸ਼ ਜਦੋਂ ਨਾਂਵ ਉਪਵਾਕ ਨਾਲ ਜੁੜ ਜਾਂਦਾ ਹੈ ਤਾਂ ਉਪਵਾਕ ਬਣ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਸੰਯੁਕਤ ਵਾਕ ਵਿੱਚ ਘੱਟੋ ਘੱਟ 2 ਉਪਵਾਕ ਹੁੰਦੇ ਹਨ, ਪਰ ਇਹ ਤੇ ਅਤੇ ਪਰ ਫਿਰ ਵੀ ਇਸੇ ਲਈ ਇਸ ਕਰਕੇ ਸਗੋਂ ਆਦਿ ਯੋਜਕਾਂ ਨਾਲ ਜੁੜੇ ਹੁੰਦੇ ਹਨ। ਸੰਯੁਕਤ ਵਾਕ ਵਿੱਚ ਜੁੜੇ ਉਪਵਾਕ ਸੁਤੰਤਰ ਬਣਨ ਵਾਲੇ ਹੁੰਦੇ ਹਨ ਅਤੇ ਕੋਈ ਵੀ ਉਪਵਾਕ ਕਿਸੇ ਦੂਸਰੇ ਦੇ ਅਧੀਨ ਨਹੀਂ ਹੁੰਦਾ, ਅਰਥਾਤ ਇਹ ਸਾਰੇ ਸਮਾਨ ਉਪਵਾਕ ਹੁੰਦੇ ਹਨ। ਜਿਵੇਂ ਛੋਟਾ ਭਰਾ ਖੂਹ ਹੱਕ ਰਿਹਾ ਸੀ ਅਤੇ ਵੱਡਾ ਭਰਾ ਨੱਕੇ ਮੋੜ ਰਿਹਾ ਸੀ। ਹੁਣ ਇਸ ਵਿੱਚ 2 ਉਪਵਾਕ ਹਨ। ਪਹਿਲਾ, ਛੋਟਾ ਭਰਾ ਖੂਹ ਹੱਕ ਰਿਹਾ ਸੀ, ਦੂਸਰਾ ਵੱਡਾ ਭਰਾ ਨੱਕੇ ਮੋੜ ਰਿਹਾ ਸੀ। ਤੀਸਰੀ ਕਿਸਮ ਹੈ ਮਿਸ਼ਰਤ ਵਾਕ। ਇੱਕ ਤੋਂ ਵੱਧ ਕਿਰਿਆਵਾਂ ਵਾਲੇ ਉਪਵਾਕ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਮੁੱਖ ਵਾਕ ਹੁੰਦਾ ਹੈ ਅਤੇ ਬਾਕੀ ਸਾਰੇ ਅਧੀਨ ਉਪਵਾਕ। ਮੁੱਖ ਉਪਵਾਕ ਵਿੱਚ ਕਿਰਿਆ ਪੂਰਨ ਹੁੰਦੀ ਹੈ ਪਰ ਅਧੀਨ ਉਪਵਾਕ
ਅਪੂਰਨ ਹੁੰਦੇ ਹਨ। ਅਧੀਨ ਉਪਵਾਕ ਮੁੱਖ ਉਪਵਾਕ ਨਾਲ ਅਧੀਨ ਯੋਜਕਾਂ ਕੇ, ਜੇ, ਜਿਵੇਂ, ਜਿਹੜੇ, ਜਿਹੜੀ, ਜਿਨ੍ਹਾਂ ਆਦਿ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਉਹ ਮੁੱਖ ਉਪਵਾਕ ਦਾ ਹੀ ਅੰਗ ਬਣ ਜਾਂਦੇ ਹਨ। ਜਿਵੇਂ ਵਿਦਿਆਰਥੀ ਮਿਹਨਤ ਕਰਨਗੇ ਕੌਮਾ ਪਾਸ ਹੋ ਜਾਣਗੇ। ਇਹ ਇੱਕ ਮਿਸ਼ਰਤ ਵਾਕ ਹੈ। ਇਸ ਵਿੱਚ ਦੋ ਵਾਕ ਜੇ ਯੋਜਕ ਨਾਲ ਜੁੜੇ ਹੋਏ ਹਨ। ਇਹ ਵਾਕ ਹਨ, ਇਸ ਵਿੱਚ ਪਹਿਲਾ ਹੈ ਵਿਦਿਆਰਥੀ ਪਾਸ ਹੋ ਜਾਣਗੇ, ਦੂਜਾ ਵਾਕ ਹੈ ਜੇ ਮਿਹਨਤ ਕਰਨਗੇ। ਪੰਜਾਬੀ ਵਿੱਚ ਕੇ ਜਾਂ ਕਿਉਂਕਿ ਨਾਲ ਆਰੰਭ ਹੋਣ ਵਾਲੇ ਅਧੀਨ ਉਪਵਾਕ ਮੁੱਖ ਵਾਕ ਮਗਰੋਂ ਆਉਂਦੇ ਹਨ ਉਹ ਦੂਸਰੇ ਮੁੱਖ ਵਾਕ ਤੋਂ ਪਹਿਲਾਂ, ਜਿਵੇਂ ਤੂੰ ਉੱਥੇ ਕਿਉਂ ਗਿਆ, ਤੁਹਾਡਾ ਘਰ ਕਿੱਥੇ ਹੈ। ਧੰਨਵਾਦ।